ਪੁਲਿਸ ਨੇ ਸ਼ੱਕ ਦੇ ਆਧਾਰ ਤੇ ਜਦ ਇੱਕ ਸਫੇਦ ਰੰਗ ਦੀ ਮਾਲਵਾਹਕ ਬੁਲੈਰੋ ਗੱਡੀ ਨੂੰ ਰੋਕਣਾ ਚਾਹਿਆ ਤਾਂ ਚਾਲਕ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਹੋ ਗਿਆ ਅਤੇ ਗੱਡੀ ਛੱਡ ਕੇ ਭੱਜ ਗਿਆ। ਜਦ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਅੰਗਰੇਜ਼ੀ ਸ਼ਰਾਬ ਦੀਆਂ 124 ਪੇਟੀਆਂ ਬਰਾਮਦ ਹੋਈਆਂ। ਸ਼ਰਾਬ ਦੀ ਕਈ ਪੇਟੀਆਂ ਤਾਂ ਅਰੁਣਾਚਲ ਪ੍ਰਦੇਸ਼ ਦੀਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਚਾਲਕ ਫਰਾਰ ਇਸ ਲਈ ਹੋਇਆ ਕਿਉਂਕਿ ਇਹ ਸ਼ਰਾਬ ਚੋਣਾਂ ਦੌਰਾਨ ਇਸਤੇਮਾਲ ਹੋਣੀ ਸੀ। ਫਿਲਹਾਲ ਪੁਲਿਸ ਇਹਨਾਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਕਿ ਇਹ ਸ਼ਰਾਬ ਕਿਸ ਦੀ ਹੈ ਅਤੇ ਕਿੱਥੋਂ ਲਿਆਈ ਗਈ ਹੈ। ਅਤੇ ਉਹਦਾ ਪਿੱਛਾ ਕੀਤਾ ਫਿਰ ਡਰਾਈਵਰ ਜਿਹੜਾ ਗੱਡੀ ਛੱਡ ਕੇ ਭੱਜ ਗਿਆ ਅਤੇ ਜਦੋਂ ਗੱਡੀ ਦੀ ਤਰਪਾਲ ਉਤਾਰ ਕੇ ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 124 ਪੇਟੀਆਂ ਸ਼ਰਾਬ ਦੇ ਅੰਦਰ ਉਹਦੇ ਵਿੱਚੋਂ 98 ਪੇਟੀਆਂ ਰੋਇਲ ਸੀ ਅਤੇ 33 ਪੇਟੀਆਂ ਜਿਹੜੀਆਂ ਉਹ ਉਸਨੇ ਲੋਡ ਸੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।